बस्ती भरवाला मार्ग पर गांव भगवानपुर में लोगों ने इसलिए जाम लगा लिया क्योंकि पिछले 3 दिन से इस गांव में ना बिजली है और ना ही पानी आ रहा है, जिसके चलते यहां पर एक बुजुर्ग की मौत हो गई। लोगों का कहना था कि उन्होंने बिजली विभाग में कई बार इसकी कंप्लेंट की, लेकिन किसी ने कोई कार्रवाई नहीं की, इसलिए मजबूर होकर उन्हें जाम लगाना पड़ा। लोगों का कहना है कि कांग्रेस सरकार के आते ही बड़े बड़े कट लग रहे हैं, गाँव में बिजली की काफी दिक्कत आ रही है, कोई भी अधिकारी उनकी बात नहीं सुन रहा। लगभग 3 घंटे जाम लगे रहने के उपरांत गाँववासियों ने जाम को खोल दिया और 3 दिन के बाद जब गाँववासियों ने जाम लगाया तो के आधे घंटे बाद ही इस गांव में लाइट आ गई। गाँववासियों का कहना था कि अगर दोबारा गांव में कट लगता है तो वे फिर सड़क जाम करेंगे। दिक्कत है, जदों की कांग्रेस सरकार बनी उस टाइम तो साढ़े लाइट एक दिन तरीके नाल नहीं आई है, और अज कल साढ़े पिंड दे विच डेथ हो गई ना लाइट आन करके, और पानी तो इन्नी दिक्कत आई है, लाइट हफ्ता ही हो गई तकरीबन, जिथे साड़ी लाइट पहले आया तो कनेक्शन उत्थे दोबारा लगाया जाए कनेक्शन, साड़ा हम लाइट दी लाइट नहीं आ रही, हफ्ता हो गया पानी नहीं आ रहा, डेथ हो चुकी कल लाइट ना आन करके, लाइट ना आन करके डेथ हो गई, लाइट दा चक्कर है, लाइट दी प्रॉब्लम है, लाइट नहीं आ रही 4 दिन हो गए, पानी ना पानी दी दिक्कत है, पानी नहीं आ रही इत्थे। ਤੁਸੀਂ ਕੰਪਲੇਂਟ ਕੀਤੀ ਹੈ? ਬਿਲਕੁਲ ਐਸਟੀਓ ਨੂੰ ਬਿਲਕੁਲ ਕੰਪਲੇਂਟ ਬਹੁਤ ਵਾਰੀ ਕੀਤੀ, ਕੰਪਲੇਂਟ ਕੋਈ ਫੋਨ ਨਹੀਂ ਚੱਕਦੇ। ਕਿਤੇ ਭਾਜੀ 2-3 ਦਿਨਾਂ ਤੋਂ ਲੈਟ ਨਹੀਂ ਆ ਰਹੀ ਜੀ, ਲੈਟ ਦੇ ਬਹੁਤ ਪਰੇਸ਼ਾਨ ਕਰਿਆ ਜੀ, ਘਰ ਚ ਪਾਣੀ ਦੀ ਦਿੱਕਤ ਆ ਰਹੀ ਹੈ ਜੀ, ਤੇ ਲੈਟ ਦੀ ਜ਼ਿਆਦਾ ਖਾਸ ਨਾ ਆਣ ਕਰਕੇ ਮਜ਼ਦੂਰ। ਤੁਸੀਂ ਕੰਪਲੇਂਟ ਕੀਤੀ ਜੀ? ਕੰਪਲੇਂਟ 3 ਦਿਨ ਹੋ ਗਏ ਅਸੀਂ ਕਰ ਰਹੇ ਹਾਂ ਜੀ, ਤੇ ਸਾਡੀ ਕੋਈ ਇੱਥੇ ਲੈਟ ਆਈ ਨਹੀਂ ਹੈਗੀ ਪਿੰਡ ਦੇ ਵਿੱਚ, ਕੋਈ ਜਾਮ ਲਾਣ ਦੀ ਵਜ੍ਹਾ ਨਾ ਤਾਂ ਪਿੰਡ 'ਚ ਲੈਟ ਆ ਰਹੀ 3 ਦਿਨਾਂ ਤੋਂ, ਘਰ 'ਚ ਮੱਝਾਂ ਨੂੰ ਪ੍ਰੋਬਲਮ ਆ ਰਹੀ ਪਾਣੀ ਕਰਕੇ ਜੀ, ਤੇ ਲੈਟ ਕਰਕੇ ਬੱਚਿਆਂ ਕਰਕੇ ਪਰੇਸ਼ਾਨੀ ਬਹੁਤ ਆ ਰਹੀ, ਕੋਈ ਨਹੀਂ ਆ ਜੀ ਇੱਥੇ, ਕੋਈ ਨਹੀਂ ਆ ਜੀ, ਰਾਤ 1 ਵਜੇ ਚੱਕ ਬਿਠਾ ਕੇ ਰੱਖੀ ਲੈਟ ਨੇ ਜੀ, ਬਹੁਤ ਪਰੇਸ਼ਾਨ ਕਰਿਆ ਵੀ, ਹਫ਼ਤੇ 10 ਦਿਨ ਬਾਅਦ 3 ਦਿਨਾਂ ਦਾ ਕੱਟ ਲਾ ਦਿੰਦੇ, ਬਹੁਤ ਪਰੇਸ਼ਾਨੀ ਆਉਂਦੀ ਹੈ ਜੀ। 3 ਦਿਨ ਹੋ ਗਏ ਇੱਥੇ ਲਾਈਟ ਨਹੀਂ ਹੋ ਰਹੀ, ਤੇ ਫੈਕਟਰੀਆਂ ਵਾਲੀ ਵੀ ਜੋੜ ਦਿੰਦੇ ਆ, ਜੈਂਪਰ ਕੱਟ ਦਿੰਦੇ ਆ, ਇਹ ਬਿਜਲੀ ਵਾਲੇ ਜਿੱਥੇ ਤੇ ਪੈਸਾ ਮਿਲਦਾ ਉੱਥੇ ਚ ਕੰਮ ਕਰਦੇ ਆ, ਇਹ ਬਾਰ ਬਾਰ ਫੋਨ ਕਰਨ ਤੋਂ ਵੀ ਕੋਈ ਆ ਨਹੀਂ ਰਿਹਾ। ਤੁਸੀਂ ਕੰਪਲੇਂਟ ਲਿਖਾਈ ਹੈ ਕੋਈ? ਬਿਲਕੁਲ, ਮੇਰੇ ਫੋਨ ਮਾ ਵੀ ਹੈ ਦਰਜ, ਜਾਮ ਲਾ ਇਸ ਕਰਕੇ ਲਾਇਆ ਜੀ ਅਸੀਂ, ਤੇ ਬਿਜਲੀ ਮਹਿਕਮੇ ਕੋਲ ਅਸੀਂ 4 ਦਿਨ ਤੋਂ ਕੰਪਲੇਂਟ ਕਰ ਰਹੇ ਹਾਂ ਜੀ, ਵੀ ਲਾਈਟ ਸਾਡੇ ਕੋਲ ਕੋਈ ਕੰਪਲੇਂਟ ਹੈਗੀ, ਵੀ ਲਾਈਟ ਆ ਜੇ ਹੁਣ ਤੱਕ ਲਾਈਟ ਦੀ ਕੰਪਲੇਂਟ ਸਹੀ ਰਿਸੋਲਵ ਨਹੀਂ ਕੀਤੀ ਹੈਗੀ, ਤੇ ਅਸੀਂ ਜਈ ਤੋਂ ਕੀਤਾ ਤੇ ਐਸਡੀਓ ਸਾਰਿਆਂ ਨੂੰ ਅਸੀਂ ਕਾਲ ਕੀਤੀ ਹੈ, ਤੇ ਬਿਲਕੁਲ ਇਹਨਾਂ ਨੇ ਬਿਲਕੁਲ ਹੀ ਸੁਣਵਾਈ ਕੀਤੀ, ਤੇ ਲਾਈਟ ਜਿਹੜੀ ਅਸੀਂ 10 ਸਾਲ ਤੋਂ ਬਿਲਕੁਲ ਸਹੀ ਚੱਲਦੀ ਸੀਗੀ, ਕੰਪਲੇਂਟ ਹੋ ਜਾਂਦੀ ਸੀ 5-7 ਮਿੰਟਾਂ 10 ਮਿੰਟ ਸਾਡੀ ਲਾਈਟ ਦੀ ਸੋਲਵ ਹੋ ਜਾਂਦੀ, ਪਰ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਬਿਲਕੁਲ ਹੀ ਸਾਡੀ ਹੋ ਗਈ, ਬਿਲਕੁਲ ਹੀ ਸਾਡੀ ਲਾਈਟ ਸਹੀ ਚੱਲੀ, ਤੇ ਬੱਚੇ ਪੜ੍ਹਨ 'ਚ ਬੜੇ ਪਰੇਸ਼ਾਨ ਆ ਜੀ, ਬੱਚੇ ਸਕੂਲ ਜਾਣਾ ਪੈਂਦਾ ਜੀ, ਬੱਚੇ ਸਾਰੀ ਸਾਰੀ ਰਾਤ ਸੌਂਦੇ ਨੇ ਜੀ, ਕੰਮ ਨਹੀਂ ਕਰਦੇ, ਤੇ ਬਿਜਲੀ ਕਰਕੇ ਹੁਣ ਸਾਡੇ ਬਜ਼ੁਰਗ ਬਿਲਕੁਲ ਬਿਮਾਰ ਸੀਗੇ, ਤੇ ਲਾਈਟ ਨਾ ਹੋਣ ਕਰਕੇ ਉਹਨਾਂ ਦੀ ਡੈਥ ਹੋ ਗਈ, ਤੇ ਅਸੀਂ ਜਾਮ ਕਰਕੇ ਲੈ ਆਇਆ ਜੀ, ਤੇ ਸਾਡੀ ਸੁਣਵਾਈ ਹੋਵੇ ਤੇ ਸਾਨੂੰ ਸਾਡੀ ਲਾਈਟ ਬਹਾਲ ਕੀਤੀ ਜਾਵੇ। ਨੈਸ਼ਨਲ ਬਸ ਕੇ ਲਈ ਮੇਜਰ ਅਲੀ ਕੀ ਰਿਪੋਰਟ।